अज अपनी मंगा नू लै के NRHM नैशनल रूरल हैल्थ मिशन ते NHM नैशनल हैल्थ मिशन दे कर्मचारियों वालों सिविल सर्जन दफ्तर फाजिलका तो लै के वख वख बाजारा चो हुंदे होए स्थानक लाल बत्ती चौंक ते जाके नैशनल हाईवे नंबर 10 नू जाम किया गया। इस मौके NRHM कर्मचारियों ने कहा कि सरकार वालों उन्हां दी मनिया हुई मंगा लागू नहीं कीतियां जा रही ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣਾ ਕੰਮ ਤਨਦੇਹੀ ਨਾਲ ਨਿਭਾ ਰਹੇ ਹਨ। ਕੋਰੋਨਾ ਕਾਲ ਵਿੱਚ ਮੰਤਰੀ ਤਨਦੇਹੀ ਨਾਲ ਨਿਭਾ ਰਹੇ ਹਨ, ਪਰ ਸਰਕਾਰ ਉਹਨਾਂ ਨੂੰ ਪੱਕੇ ਨਹੀਂ ਕਰ ਰਹੀ, ਜਿਹਦੇ ਵਿੱਚ ਝੂਠੇ ਨਾਰੇ ਲਾ ਰਹੀ ਹੈ ਜੋ ਕਿ 36 ਵਜੇ ਪੱਕੇ ਕਰ ਦੇ ਕੋਲ ਲਗਾ ਰਹੀ ਹੈ। ਉਹ ਸਰਕਾਰ ਸਿਹਤ ਮੰਤਰੀ ਨਾਰਾ ਹੈ, ਇਸ ਕਰਕੇ ਸਾਰੇ ਮੁਲਾਇਮਾਂ ਵਿੱਚ ਸਰਕਾਰ ਦੀ ਰੋਕ ਪਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਕੱਢੀ ਜਾ ਰਹੀ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਮਰਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੈਂ ਉਹ ਲਿਆ ਅਤੇ ਕਿਹਾ ਵੀ ਚੋਣਾਵਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਉਹਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਬੋਲਦੇ ਹੋਏ NRHM ਕਰਮਚਾਰੀਆਂ ਦੇ ਆਗੂਆਂ ਨੇ ਤੇ ਸਮਰਬੀਰ ਸਿੰਘ ਸਿੱਧੂ ਨੇ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। NRHM ਯੂਨੀਅਨ, ਪੰਜਾਬ ਸਰਕਾਰ, ਪੰਜਾਬ ਸਰਕਾਰ, ਪੰਜਾਬ ਸਰਕਾਰ, ਪੰਜਾਬ ਸਰਕਾਰ, ਬੈਨਰ ਅੱਗੇ ਰੱਖੋ ਜੀ ਰਿਕਸ਼ਾ ਤੋਂ। NRHM ਯੂਨੀਅਨ, NRHM ਯੂਨੀਅਨ, ਪੰਜਾਬ ਸਰਕਾਰ, ਪੰਜਾਬ ਸਰਕਾਰ, ਸਿਹਤ ਮੰਤਰੀ, ਸਿਹਤ ਮੰਤਰੀ, ਸਿਹਤ ਮੰਤਰੀ, ਸਾਰੇ ਫਾਜ਼ਿਲਕਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ, ਇਹ ਜੋ ਸੜਕਾਂ ਤੇ ਰੁਲ ਰਹੇ ਆ ਨਾ, ਰੁਲਣ ਦਾ ਸ਼ਬਦ ਇੱਥੇ ਤਾਂ ਪ੍ਰਯੋਗ ਕਰ ਰਿਹਾ, ਇਹ ਤੁਹਾਡੇ ਹੀ ਬੱਚੇ ਆ, ਤੁਹਾਡੇ ਹੀ ਭੈਣ ਭਰਾ ਹੈ ਸਾਰੇ। ਇਹ ਸਰਕਾਰ ਤੋਂ, ਪੰਜਾਬ ਸਰਕਾਰ ਤੋਂ, ਸਿਹਤ ਮੰਤਰੀ ਤੋਂ ਦੁਖੀ ਹੈ ਸਾਰੇ, ਜੋ ਅਜਬ ਤੌਰ ਤੇ ਭਰਤੀ ਹੋਏ ਆ। ਅਸੀਂ ਸਾਰੇ ਸੰਘਰਸ਼ ਇਸੇ ਕਰਕੇ ਕਰ ਰਹੇ ਹਾਂ, ਜਿਹੜੇ 36,000 ਮੁਲਾਜ਼ਮ ਸਰਕਾਰ ਨੇ ਪੱਕੇ ਕਰਨੇ ਨਾ, ਐਡੇ ਐਡੇ ਹੋਲਡਿੰਗ ਲਾ ਕੇ ਰੱਖੇ ਹੈ ਵੀ ਸਰਕਾਰ ਪੱਕੇ ਕਰ ਰਹੀ ਹੈ, 36,000 ਮੁਲਾਜ਼ਮ ਇਹ ਕਰ ਰਹੀ ਹੈ, ਉਹ ਕਰ ਰਹੀ ਹੈ, ਉਹ ਸਿਰਫ ਹੋਲਡਿੰਗਾਂ ਤੱਕ ਹੀ ਸੀਮਿਤ ਹੈ ਬਸ ਸਾਥੀਓ। ਇਹ ਸਰਕਾਰਾਂ ਕਿਸੇ ਦੀ ਨਹੀਂ ਹੈ, ਇਹ ਸਰਕਾਰਾਂ ਕਿਸੇ ਦੀ ਨਹੀਂ ਹੈ, ਹੋਲਡਿੰਗ ਲਵਾ ਕੇ ਇਹ ਕਰਤਾ ਉਹ ਕਰਤਾ। ਸਾਡੇ ਜੁਝਾਰੂ ਸਾਥੀਆਂ ਨੇ ਕੋਰੋਨਾ ਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਸੇਵਾਵਾਂ ਦਿੱਤੀਆਂ, 24 ਘੰਟੇ ਦਿਨ ਰਾਤ ਅਣਥਕ ਮਿਹਨਤ ਕੀਤੀ ਇਹਨਾਂ ਲੋਕਾਂ ਨੇ, ਤੇ ਸਰਕਾਰ ਨੇ ਸਾਨੂੰ ਠੇਂਗਾ ਦਿਖਾਇਆ। ਅਸੀਂ ਪੂਰੇ ਪੰਜਾਬ ਦੇ ਵਿੱਚ ਪਿਛਲੀ 17 ਤਰੀਕ ਤੋਂ ਐਵੇਂ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ, ਸਰਕਾਰ ਸਾਡੀ ਕੋਈ ਸੁਣਾਈ ਨਹੀਂ ਕਰਦੀ। ਸਾਡੀ ਤਨਖਾਹ ਬਿਲਕੁਲ ਹੀ ਨਾ ਮਾਤਰ ਹੈ। ਜੈ ਜਨਤਾ, ਜੈ ਸੰਘਰਸ਼ ਸਾਰੇ ਸਾਥੀਆਂ ਨੂੰ। ਮੈਂ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਐਜ਼ ਏ DMU NHM ਦੇ ਅੰਡਰ ਕੰਮ ਕਰਦੀ ਹਾਂ। ਬੜੇ ਸਾਲਾਂ ਤੋਂ ਕੰਮ ਕਰਦੇ ਹੋਏ ਵੀ ਸਾਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ। ਸਾਡੀਆਂ ਫੈਮਲੀਜ਼ ਨੇ, ਛੋਟੇ ਛੋਟੇ ਬੱਚੇ ਨੇ, ਅਸੀਂ ਉਹਨਾਂ ਨੂੰ ਕਿੱਦਾਂ ਪਾਲੀਏ ਦੱਸੋ? ਇੰਨੀ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਕੇ ਅਸੀਂ ਕਿੱਦਾਂ ਆਪਣੇ ਆਪ ਨੂੰ ਅਸੀਂ ਸਰਵਾਈਵ ਕਰੀਏ? ਹਰ ਤਰਫ ਤੋਂ ਮਹਿੰਗਾਈ ਹੋ ਰਹੀ ਹੈ, ਕਿਸ ਤਰ੍ਹਾਂ ਅਸੀਂ ਸਰਵਾਈਵ ਕਰੀਏ ਸਰ, ਸਾਨੂੰ ਦੱਸਿਆ ਜਾਵੇ। ਮੇਨ ਮਕਸਦ ਸਰ ਇਹੀ ਹੈ ਕਿ ਸਰਕਾਰ ਤੱਕ ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਾਨੂੰ ਰੈਗੂਲਰ ਕੀਤਾ ਜਾਵੇ। ਅਗਲਾ ਸਰ ਕਿਨਾ ਯੂਨੀਅਨ ਦੇਖਦੇ ਹਾਂ ਕੀ ਤੈਅ ਕਰੂਗੀ, ਉਸ ਹਿਸਾਬ ਨਾਲ ਅਸੀਂ ਆਪਣਾ ਕਰਾਂਗੇ ਜੀ। ਮੈਂ ਰਾਜੇਸ਼ ਕੁਮਾਰ ਹਾਂ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਹਾਂ NHM ਦੇ ਵਿੱਚ। ਅਸੀਂ ਸਾਰੇ ਜਿਹੜੇ ਮੁਲਾਜ਼ਮ ਅੱਜ ਇਕੱਠੇ ਹੋਏ ਹਾਂ, ਸਾਰੇ ਠੇਕੇ 'ਤੇ ਤੈਨਾਤ ਹੈਗੇ ਹਾਂ ਅਸੀਂ, ਅਤੇ ਅੱਜ ਅਸੀਂ ਜਿਹੜੀ ਆ ਰੈਲੀ ਕੱਢ ਰਹੇ ਹੈਗੇ ਹਾਂ, ਅਤੇ ਲੇਕਿਨ ਇਹ ਜਿਹੜਾ ਸਾਡਾ ਪ੍ਰਦਰਸ਼ਨ ਹੈ 16 ਤਰੀਕ ਤੋਂ ਜਾਰੀ ਹੈ, ਪਿਛਲੀ 16 ਤਰੀਕ ਤੋਂ, ਅਤੇ ਅੱਜ ਅਸੀਂ 9ਵੇਂ ਦਿਨ 'ਚ ਸ਼ਾਮਿਲ ਹੋਏ ਹਾਂ। ਅਸੀਂ ਰੋਜ਼ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਹਾਂ ਆਪਦੇ ਸਿਵਲ ਸਰਜਨ ਦਫ਼ਤਰ ਦੇ ਵਿੱਚ ਬੈਠ ਕੇ, ਲੇਕਿਨ ਅੱਜ ਅਸੀਂ ਰੈਲੀ ਦੇ ਰੂਪ ਦੇ ਵਿੱਚ ਅਸੀਂ ਫਾਜ਼ਿਲਕਾ ਸ਼ਹਿਰ ਦੇ ਵਿੱਚ ਰੈਲੀ ਕੱਢ ਰਹੇ ਹਾਂ, ਤਾਂ ਜੋ ਜਿਹੜੀ ਸਾਡੀ ਆਵਾਜ਼ ਆ ਅਸੀਂ ਸਰਕਾਰ ਤੱਕ ਪਹੁੰਚਾ ਸਕੀਏ, ਅਤੇ ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਜਿਹੜਾ ਸਰਕਾਰ ਕਹਿ ਰਹੀ ਹੈ ਵੀ 37,000 ਮੁਲਾਜ਼ਮ ਇਹਨਾਂ ਨੇ ਜਿਹੜੇ ਪੱਕੇ ਕਰ ਦਿੱਤੇ ਹੈਗੇ ਨੇ, ਉਹ ਸਿਰਫ ਇੱਕ ਦਿਖਾਵਾ ਹੈ।
लोगों के दसन वास्ते भी सरकार काम कर रही है, पर यह सिर्फ सिर्फ कागजा तक ही सीमित है। हजे तक किसी भी मुलाजम इन्होंने पक्का नहीं किया है। जो नोटिफिकेशन जारी किया शर्त कुछ इस तरह तरह लगा दी गई ने, जोड़े मुलाजम कच्चे है उन्होंने पूरा ही नहीं कर पा रहे है। हाँ जी, ये साड़ी जी अज रैली है दफ्तर सिविल फाजिलका तो लैके असी जरा संजीव सिनेमा चौंक है नवत्ती वाला चौंक है उत्थे तक जावे, उत्थों ही वापस रैली के रूप में असं वापस सिविल सर्जन दफ्तर अपने धरने वाली जगह पर वापस आवेंगे। वैसे जिहड़ा है हुण संघर्ष जारी होया 16 तरीक तो शुरू है, लेकिन जिहड़े सेहत कामे हैगे जिहड़े NHM दे अधीन ठेके ते काम करदे चाहे वह आउटसोर्स ते काम कर रहे हैं पिछले 15 साल तो घट घट जिहड़े ये काम कर रहे हैगे ने, लेकिन जिहड़े सरकार है इन्हां दी हजे भी सार नहीं जा रही। कहिंदे 12 साल बाद रूड़ी दी भी सुन ली जांदी है, 15 साल तो ज़्यादा समा हो गया जिहड़े NHM दे अधीन जिहड़े काम ये काम कर रहे हैगे है। नहीं प्रशासन नाल हजे तक कोई मीटिंगा तो हुई नहीं अपने स्टेट लैवल से, पर हर बारी जिस तरह कल भी मीटिंग हुई सी डिप्टी CM नाल जिन्हां कोल सेहत विभाग का चार्ज भी हैगा उन्होंने कहा कि असीं तुहानूं इहदे विच असीं पक्के करांगे, लेकिन वो आश्वासन दे रहे हैं लेकिन लिखती रूप में हजे तक भी कोई इदां दी अधिसूचना जां नोटिफिकेशन सरकार वल्लों जारी नहीं किया गया है। नहीं जिहड़ा अज दा इह रैली प्रदर्शन है पूरे पंजाब दे विच जिन्ने पंजाब दे 23 जिले हैगे ने 23 ਜ਼ਿਲ੍ਹਿਆਂ ਦੇ ਵਿੱਚ ਰੈਲੀ ਹੋ ਰਹੀ ਹੈ। ਬੰਦੇ ਨੂੰ ਬੰਦਾ ਹੱਥ ਨਹੀਂ ਲਾਤਾ ਸੀ, ਇੱਥੋਂ ਤੱਕ ਕਿ ਪੈਸੇ ਨੂੰ ਹੱਥ ਨਹੀਂ ਲਾਤਾ ਸੀ ਕੋਈ ਬੰਦਾ। ਜਿਹੜਾ ਇਹ ਅਗਲਾ ਐਕਸ਼ਨ ਹੈ ਸਟੇਟ ਕਮੇਟੀ ਡਿਸਾਈਡ ਕਰੇਗੀ, ਲੇਕਿਨ ਜੇ ਸਰਕਾਰਾਂ ਸਾਡੀਆਂ ਗੱਲਾਂ ਨਹੀਂ ਮੰਨਦੀ ਹੈਗੀ ਤਾਂ ਅਸੀਂ ਇਹ ਜਿਹੜਾ ਪ੍ਰਦਰਸ਼ਨ ਹੈ ਸਾਡੀ ਸਟ੍ਰਾਈਕ ਹੈ ਜਾਰੀ ਰਹੇਗੀ। ਸਮੂਹ NHM ਵਰਕਰ ਸਾਥੀਓ, ਅਹੁਦੇਦਾਰ ਸਾਹਿਬਾਨ, ਸਾਡੇ ਇਲਾਕੇ ਦੇ ਪਤਵੰਤੇ ਸੱਜਣ, ਸਾਰਿਆਂ ਨੂੰ ਮੇਰੇ ਵੱਲੋਂ ਰਾਮ ਰਾਮ, ਸਤਿ ਸ਼੍ਰੀ ਅਕਾਲ। ਕੱਲ ਵੀ ਮੈਂ ਨਿਊਜ਼ ਦੇਖੀ ਸੀ ਤੁਹਾਡੀ ਕਿ ਸਾਡੇ NHM ਵਰਕਰਸ ਜਿਨ੍ਹਾਂ ਦਾ ਸਿੱਧਾ ਸਿੱਧਾ ਸੰਬੰਧ ਸਿਹਤ ਨਾਲ ਹੈ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ। ਹੜਤਾਲ ਬੰਦਾ ਮਜਬੂਰੀ 'ਚ ਕਰਦਾ, ਕਿਸੇ ਦਾ ਸ਼ੌਂਕ ਨਹੀਂ, ਤੁਹਾਡਾ ਵੀ ਸ਼ੌਂਕ, ਤੁਹਾਡਾ ਵੀ ਜੀ ਨਹੀਂ ਕਰਦਾ ਵੀ ਆਪਦਾ ਕੰਮ ਕਾਜ ਛੱਡ ਕੇ ਅਤੇ ਸੜਕਾਂ 'ਤੇ ਇਸ ਤਰ੍ਹਾਂ ਫਿਰੋਂ ਸਖਤੀਆਂ ਫੜ ਕੇ ਹੱਥ। ਅਤੇ ਮੈਂ ਸਮਝਦਾ ਵੀ ਸਰਕਾਰ ਦੀ ਇੱਡੀ ਵੱਡੀ ਨਲਾਇਕੀ ਅਣਗਹਿਲੀ ਨਹੀਂ ਹੋ ਸਕਦੀ ਵੀ ਜਿਹੜੇ ਹੈਲਥ ਨਾਲ ਸੰਬੰਧਿਤ ਹੈ ਜਿਹੜੇ ਸਾਡੇ ਸਾਥੀ ਉਹਨਾਂ ਨੂੰ ਵੀ ਇਸ ਤਰ੍ਹਾਂ ਇਗਨੋਰ ਕੀਤਾ ਜਾਵੇ। ਜੇ ਹਾਂਜੀ ਸਰ, NHM ਕਰਮਚਾਰੀਆਂ ਵੱਲੋਂ ਅੱਜ ਰੈਲੀ ਕੱਢੀ ਜਾ ਰਹੀ, ਇਹਦੇ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ? ਦੇਖੋ ਜੀ, ਫਾਜ਼ਿਲਕਾ ਜ਼ਿਲ੍ਹੇ ਦੇ ਜਿੰਨੇ ਵੀ ਨੈਸ਼ਨਲ ਹੈਲਥ ਰੂਰਲ ਮਿਸ਼ਨ ਦੇ ਤਹਿਤ ਜੋ ਵਰਕਰਸ ਹੈ ਉਹ ਸਾਰੇ ਅੱਜ ਰੋਸ ਮੁਜ਼ਾਹਰਾ ਕਰ ਰਹੇ ਹੈ ਅਤੇ ਬੜੀ ਮੰਦਭਾਗੀ ਗੱਲ ਹੈ ਸਾਡੀਆਂ ਸਰਕਾਰਾਂ ਲਈ, ਹੁਕਮਰਾਨਾਂ ਲਈ, ਚਾਹੇ ਉਹ ਸੈਂਟਰ ਦੇ ਹੈ ਚਾਹੇ ਉਹ ਸਟੇਟ ਦੇ ਹੈ। ਸਿਹਤ ਹੈ ਬੜਾ ਮੁੱਖ ਮੁੱਦਾ ਹੈ ਸਾਡੇ ਹਿੰਦੁਸਤਾਨ ਦਾ, ਸਾਡੇ ਦੇਸ਼ ਦਾ, ਅਤੇ ਜਿਸ ਤਰ੍ਹਾਂ ਨਾਲ ਮਹਾਮਾਰੀ ਚੱਲ ਰਹੀ ਹੈ ਅਤੇ ਮੈਂ ਸਮਝਦਾ ਇਹਨੂੰ ਇਸ ਤੋਂ ਵੀ ਜ਼ਿਆਦਾ ਪ੍ਰਾਇਓਰਟੀ 'ਤੇ ਲੈਣਾ ਚਾਹੀਦਾ ਸਰਕਾਰ ਨੂੰ। ਅਤੇ ਤੁਸੀਂ ਵੇਖ ਰਹੇ ਹੋ ਵੀ ਸਰਕਾਰ ਕਿੰਨੀ ਕੁ ਸੀਰੀਅਸ ਹੈ ਵੀ ਇਹਨਾਂ ਨੂੰ ਵਿਚਾਰਿਆਂ ਨੂੰ 15 ਸਾਲ ਹੋ ਗਏ, ਇੰਨੀਆਂ ਸੇਵਾਵਾਂ ਬੜੇ ਛੋਟੇ ਕੰਪਨਸੇਸ਼ਨ 'ਤੇ ਸੇਵਾਵਾਂ ਦੇ ਰਹੇ ਹੈ। ਕਰੋਨਾ ਕਾਲ 'ਚ ਵੀ ਇਹਨਾਂ ਨੇ ਕਿੰਨਾ ਕੰਮ ਕੀਤਾ ਅਤੇ ਬੜੀ ਮੰਦਭਾਗੀ ਗੱਲ ਹੈ। ਚੰਨੀ ਸਰਕਾਰ ਹੈ ਜਿਹੜੇ ਵਾਅਦੇ ਕਰ ਰਹੀ ਹੈ, ਵੱਡੇ ਵੱਡੇ ਬੋਰਡ ਲੱਗ ਰਹੇ ਆ ਅਤੇ ਇਹਨਾਂ ਦੇ ਵਿਚਾਰਿਆਂ ਦੀ ਸੁਣਵਾਈ ਨਹੀਂ ਹੋ ਰਹੀ। ਸਰ, ਇਸੇ ਤਰ੍ਹਾਂ ਦੇ ਧਰਨੇ ਆਪਣੇ ਫਾਜ਼ਿਲਕਾ 'ਚ ਹੋਰ ਵੀ ਵੱਖ ਵੱਖ ਜਿਹੜੇ ਹੈਗੇ ਡਿਪਾਰਟਮੈਂਟਾਂ ਵੱਲੋਂ ਲਗਾਏ ਜਾ ਰਹੇ ਨੇ, ਇਹ ਕੀ ਸਰਕਾਰ ਦੀਆਂ ਕਮੀਆਂ ਨੇ? ਦੇਖੋ ਜੀ, ਦਿੱਲੀ 'ਚ ਨਹੀਂ ਸਰ, ਦਿੱਲੀ 'ਚ ਨਹੀਂ ਧਰਨੇ ਮੁਜ਼ਾਹਰੇ ਹੁੰਦੇ, ਸਟੇਟ ਗਵਰਨਮੈਂਟ ਦੇ ਜਿਹੜੇ ਅਦਾਰੇ ਉਹਨਾਂ 'ਚ, ਕਿਉਂਕਿ ਜਦੋਂ ਸਰਕਾਰਾਂ ਲੋਕਾਂ ਦੀ ਆਵਾਜ਼ ਸੁਣਨੀ ਬੰਦ ਕਰ ਦੇਣਗੀਆਂ, ਆਪਦੀ ਮਨਮਰਜ਼ੀ ਕਰਨ ਲੱਗ ਜਾਣਗੀਆਂ, ਉਦੋਂ ਫਿਰ ਧਰਨੇ ਮੁਜ਼ਾਹਰੇ ਹੋਣਗੇ ਜੀ। ਲੋਕਾਂ ਅਖੀਰ 'ਤੇ ਅੱਗੇ ਲੋਕ ਕੀ ਕਰਨਗੇ? ਵੋਟਾਂ ਦਾ ਪਾ ਪਾ ਕੇ ਦੇਖ ਲਈਆਂ ਉਹਨਾਂ ਨੇ, ਫਿਰ ਧਰਨੇ ਮੁਜ਼ਾਹਰੇ ਲਾਉਣਗੇ। ਸੋ ਇਹ ਸਰਕਾਰਾਂ ਬਿਲਕੁਲ ਇਹਨਾਂ ਨੂੰ ਲੋਕਾਂ ਦੀ ਸੁਧ ਨਹੀਂ, ਆਪਦੇ ਫੋਟੋਆਂ ਲਾ ਲਾ ਕੇ ਵੱਡੇ ਵੱਡੇ ਪੋਸਟਰ ਲਾਉਣ 'ਚ ਬਿਜ਼ੀ ਹੈ ਸਰਕਾਰ, ਅਤੇ ਝੂਠੇ ਵਾਅਦੇ ਕਰਨ 'ਚ ਇਹਨਾਂ ਨੂੰ ਕਿਵੇਂ ਨਾ ਕਿਵੇਂ ਇਲੈਕਸ਼ਨ ਜਿੱਤਣ ਦਾ, ਹੋਰ ਇਹਨਾਂ ਨੂੰ ਕੋਈ ਨਹੀਂ।